ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਦਮਦਮੀ ਟਕਸਾਲ ਦੇ ਵਿੱਚ ਜਿਹੜੇ ਪਹਿਲਾਂ 48 ਸਿੰਘ ਹੋਏ ਸੀਗੇ, ਅੱਜ ਉਹਨਾਂ ਦੇ ਨਾਮ ਜਿਹੜੇ ਆ ਉਹ ਗੁਰਬਾਣੀ ਅਰਥ ਭੰਡਾਰ ਕਰਕੇ ਇੱਕ ਕਿਤਾਬ ਆ, ਉਹਦੇ ਵਿੱਚ ਪੜ੍ਹਨ ਨੂੰ ਮਿਲੇ ਸੀ। ਮੈਂ ਸੋਚਿਆ ਕਿ ਤੁਹਾਡੇ ਸਾਰੇ ਨਾਲ ਸਾਂਝੇ ਕਰਾਂ। ਅੱਜ ਕੱਲ੍ਹ ਤਾਂ ਇਹ ਥੋੜ੍ਹਾ ਜਿਹਾ ਬਣ ਰਿਹਾ ਵਾ ਸੁਭਾਅ ਕਈਆਂ ਦਾ ਕਿ ਇਹ ਕਿਹਾ ਜਾ ਰਿਹਾ ਕਿ ਦਮਦਮੀ ਟਕਸਾਲ ਤਾਂ ਹੋਈ ਨਹੀਂ ਜੀ, ਇਹ ਤਾਂ ਜਿਹੜੀ ਪਿੰਡਰਾਂ ਤੋਂ ਸੰਪਰਦਾ ਸ਼ੁਰੂ ਹੋਈ ਸੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਦਮਦਮੀ ਟਕਸਾਲ, ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਸ਼ੁਰੂ ਨਹੀਂ ਹੋਈ। ਹਾਲਾਂਕਿ ਜਦੋਂ ਆਪਾਂ ਪੁਰਾਤਨ ਇਤਿਹਾਸਿਕ ਸਰੋਤ ਜਿਹੜੇ ਆ ਉਹ ਪੜ੍ਹਦੇ ਹਾਂ ਉਹ ਤੋਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਅਰਥ ਪੜ੍ਹਾਏ ਸੀਗੇ। ਸੋ ਇਹ ਜਿਹੜੀ ਵੀਡੀਓ ਇਹ 'ਚ ਆਪਾਂ ਕੁਝ ਹੋਰ ਗੱਲ ਨਹੀਂ ਕਰਨੀ, ਬਸ ਤੁਹਾਨੂੰ 48 ਸਿੰਘਾਂ ਦੇ ਜਿਹੜੇ ਨਾਮ ਆ ਉਹੀ ਦਿਖਾਉਣੇ ਸੀਗੇ। ਇਹ ਇਨਫੋਰਮੇਸ਼ਨ ਯੂਜਲੀ ਪਤਾ ਨਹੀਂ ਲੱਗਦੀ ਸਿੱਖਾਂ ਨੂੰ ਕਿ ਕਿੱਥੇ ਆ ਜਾਂ ਕਿਹੜੇ 48 ਸਿੰਘ ਸੀਗੇ। ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਹੋਣਾ ਦਾ ਨਾਮ ਹੀ ਪਤਾ ਹੁੰਦਾ ਵਾ। ਦਮਦਮੀ ਟਕਸਾਲ ਜਿਹੜੀ ਮਹਿਤੇ ਆ ਜਾਂ ਫਿਰ ਭਿੰਡਰ ਕਲਾ ਵਾ ਉਹ ਬਾਬਾ ਦੀਪ ਸਿੰਘ ਜੀ ਤੋਂ ਸ਼ੁਰੂ ਹੋਈ ਸੀ ਤੇ ਜਿਹੜੀ ਸਤੋਗੀ ਗਲੀ ਵਾਲੀ ਟਕਸਾਲ ਆ ਉਹ ਭਾਈ ਮਨੀ ਸਿੰਘ ਜੀ ਤੋਂ ਸ਼ੁਰੂ ਹੋਈ ਸੀ। ਬਾਕੀ ਸਿੰਘਾਂ ਦੇ ਜਿਹੜੇ ਨਾਮ ਸੀ ਉਹ ਬਹੁਤਿਆਂ ਨੂੰ ਪਤਾ ਨਹੀਂ ਹੁੰਦੇ। ਇਹ ਪੂਰੇ 48 ਨਾਮ ਆ ਜੀ, ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।